ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ 21 ਅੰਗ ਦੇ 20ਵਾਂ ਸ਼ਬਦ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਮਨ ਰੇ ਇਹ ਨਿਸਾਰ ਗੁਣ ਸਾਰ, ਸੋ ਮੇਰੇ ਮਨਾਂ ਦਿਨ ਰਾਤ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲਣਾ ਕਰ, ਯਾਦ ਕਰ। ਫਰਮਾਉਂਦੇ ਨੇ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ, ਇੱਕ ਤਿਲ ਪਿਆਰਾ ਵੀਸਰੈ ਅਰੋਗ ਵੱਡਾ ਮਨ ਮਾਹੇ। ਹੁਣ ਜਿਹੜੇ ਰੱਬ ਦੇ ਪਿਆਰੇ ਨੇ, ਨਾਮ ਜਪਣ ਵਾਲੇ ਨੇ, ਨਿਤਨੇਮੀ ਨੇ, ਪ੍ਰੇਮੀ ਨੇ, ਜੇ ਉਹਨਾਂ ਦੇ ਮਨ ਦੇ ਅੰਦਰੋਂ ਇੰਨਾ ਪਿਆਰ ਹੁੰਦਾ ਨਿਤਨੇਮ ਨਾਲ, ਸਿਮਰਨ ਦੇ ਨਾਲ, ਭਗਤੀ ਨਾਲ, ਕਈ ਵਾਰ ਗ੍ਰਸਤੀਆਂ ਨੂੰ ਕੰਮ ਜ਼ਿਆਦਾ ਹੋਣ ਕਰਕੇ ਉਹਦੀ ਨਿਤਨੇਮ ਦੇ ਵਿੱਚ, ਸਿਮਰਨ ਵਿੱਚ ਕੋਈ ਰੁਕਾਵਟ ਆ ਜੇ ਜੇ ਉਹਨਾਂ ਨੂੰ ਇਉਂ ਮਹਿਸੂਸ ਹੁੰਦਾ ਕਿ ਇੱਕ ਤਿਲ ਜਿੰਨਾ ਸਮਾਂ ਵੀ ਜੇ ਵਾਹਿਗੁਰੂ ਭੁੱਲ ਜਾਵੇ, ਉਹ ਆਪਣੇ ਮਨ ਦੇ ਵਿੱਚ ਸਮਝਦੇ ਨੇ ਵੱਡਾ ਰੋਗ ਲੱਗ ਗਿਆ ਮੈਨੂੰ, ਬਹੁਤਾ ਪਛਤਾਵਾ ਕਰਦੇ ਮਨ ਦੇ ਅੰਦਰ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਚੂਰ। ਸੋ ਮਹਾਰਾਜ ਜਿਵੇਂ ਬਚਨ ਕਰਦੇ ਨੇ, ਜਦੋਂ ਪਰਮਾਤਮਾ ਭੁੱਲ ਜਾਂਦੇ ਨੇ, ਕਿਤੇ ਮਾੜਾ ਜਾਂ ਛਿੰਨ ਮਾਤਰ, ਗੁਰੂ ਨਾਨਕ ਸਾਹਿਬ ਤਾਂ ਇਉਂ ਫਰਮਾਉਂਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਔਰ ਰੱਬ ਦੇ ਪਿਆਰੇ ਕਹਿੰਦੇ ਵੱਡਾ ਰੋਗ ਲੱਗ ਗਿਆ ਮੈਨੂੰ, ਪਰਮਾਤਮਾ ਦਾ ਭੁੱਲਣਾ ਜਿਹੜਾ ਹੋਇਆ। ਕਿਉਂ ਦਰ ਗਹਿ ਪਤ ਪਾਈ ਹੈ ਜਾਂ ਹਰ ਨਾ ਵਸੈ ਮਨ ਮਾਹੇ। ਹੁਣ ਜਦੋਂ ਹਰੀ ਨਾਮ, ਪਰਮੇਸ਼ਰ ਦਾ ਨਾਮ ਜੋ ਮਨ ਦੇ ਅੰਦਰ ਨਹੀਂ ਵਸਦਾ ਜਿਨ੍ਹਾਂ ਦੇ, ਉਹ ਫਿਰ ਪ੍ਰਲੋਕ ਦੇ ਵਿੱਚ ਕਿਵੇਂ ਜਿਹੜੀ ਇੱਜ਼ਤ ਪ੍ਰਾਪਤ ਕਰ ਸਕਦੇ? ਮਾਣ ਨਹੀਂ ਮਿਲਣਾ, ਇੱਜ਼ਤ ਪਾਤ ਆਬਰੋ ਨਹੀਂ ਹੁੰਦੀ ਉਹਨਾਂ ਦੀ। ਇਹ ਗੱਲ ਨੂੰ ਵੀ ਗੁਰਮੁਖ ਸੋਚਦੇ ਨੇ ਕਿ ਜੇ ਹੁਣ ਹਿਰਦੇ 'ਚ ਨਾਮ ਨਾ ਵਸਿਆ, ਪ੍ਰਲੋਕ ਵਿੱਚ ਮੈਨੂੰ ਕਹਿਣਗੇ ਤੂੰ ਉੱਥੇ ਕੀ ਵਸਾ ਕੇ ਆਇਆ ਮਨ 'ਚ? ਮਨ ਜਦੋਂ ਵਿਕਾਰਾਂ ਦਾ ਭਰਿਆ ਲੈ ਕੇ ਜਾਵਾਂਗਾ, ਪਾਪਾਂ ਦਾ, ਪੁੱਛਗਿੱਛ ਹੋਵੇਗੀ ਮੇਰੀ। ਹਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਇਸ ਕਰਕੇ ਮਨ ਉਹਨਾਂ ਦਾ ਹਮੇਸ਼ਾ ਸਾਵਧਾਨ ਰਹਿੰਦਾ ਇਹਨਾਂ ਗੱਲਾਂ ਨੂੰ ਸੁਣ ਕੇ, ਯਾਦ ਕਰਕੇ। ਗੁਰ ਮਿਲਿਆ ਸੁੱਖ ਪਾਈ ਹੈ, ਅਗਨ ਮਰੈ ਗੁਣ ਮਾਹੇ। ਸਤਿਗੁਰਾਂ ਨਾਲ ਮਿਲਣ ਕਰਕੇ ਹੀ ਬੰਦੇ ਨੂੰ ਅੰਦਰਲਾ ਸੁੱਖ ਪ੍ਰਾਪਤ ਹੁੰਦਾ ਹਿਰਦੇ 'ਚ। ਬਾਹਰ ਜਿੰਨਾ ਮਰਜ਼ੀ ਪਿਆਸ ਲੱਗੀ ਹੋਵੇ, ਬਹੁਤ ਜ਼ਿਆਦਾ, ਜਿੰਨਾ ਮਰਜ਼ੀ ਭਾਵੇਂ ਇਸ਼ਨਾਨ ਵੀ ਕਰ ਲਓ, ਠੰਡੇ ਪਾਣੀ ਦੇ ਛਿੱਟੇ ਵੀ ਮਾਰ ਲਓ, ਅੱਖਾਂ 'ਚ ਪੈਰ ਧੋ ਲਓ, ਫਿਰ ਹੱਥ ਧੋ ਲਓ, ਪਿਆਸ ਪਿਆਸ ਹੀ ਹੁੰਦੀ ਹੈ। ਦੋ ਦਿਨ ਤੱਕ ਪਾਣੀ ਬੰਦ ਰੱਖੋ, ਨਾ ਪੀਓ, ਨਹਾਉਂਦੇ ਰਹੋ, ਭਾਵੇਂ ਪਾਣੀ 'ਚ ਬੈਠੇ ਰਹੋ, ਪਾਣੀ ਨਹੀਂ ਪੀਣਾ, ਪਰ ਪਿਆਸ ਉਦੋਂ ਹੀ ਬੁੱਝਣੀ ਹੈ ਜਦੋਂ ਪਾਣੀ ਪੀਣਾ। ਦੋ ਚਾਰ ਗਲਾਸ, ਪੰਜ ਗਲਾਸ ਪੀ ਕੇ ਪਿਆਸ ਬੁੱਝਦੀ ਇਨਸਾਨ ਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੰਨਾ ਮਰਜ਼ੀ ਬਾਹਰਲੇ ਸੁੱਖ ਮਿਲ ਜਾਣ ਸਰੀਰ ਦੇ, ਪਰ ਜਦੋਂ ਤੱਕ ਆਪਾਂ ਸਤਿਗੁਰੂ ਜੀ ਨੂੰ ਮਿਲਦੇ, ਨਾਮ ਨਹੀਂ ਜਪਦੇ, ਉਦੋਂ ਤੱਕ ਬਾਹਰਲੇ ਸੁੱਖ ਬੇਕਾਰ ਹੈ, ਸਭ ਪਰੇਸ਼ਾਨੀਆਂ ਦਾ ਕਾਰਨ ਹੀ ਹੈ, ਕਿਉਂਕਿ ਅੰਦਰਲੀ ਪਿਆਸ ਤਾਂ ਬੁੱਝੀ ਨਹੀਂ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਧਕਾਏ। ਭਗਤ ਕਬੀਰ ਜੀ ਕਹਿੰਦੇ ਨੇ ਮਾਧੋ, ਹੇ ਪਰਮਾਤਮਾ, ਇਹ ਜਿਹੜੀ ਜਲ ਪਦਾਰਥ ਨੇ ਨਾ, ਪਦਾਰਥਾਂ ਦੀ ਆਸ ਨਹੀਂ ਜਾਂਦੀ, ਪਾਣੀ ਰੂਪ ਪਦਾਰਥ, ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਹੋਰ ਅੱਗ ਲੱਗਦੀ ਹੈ ਪਦਾਰਥਾਂ ਦੀ, ਭਾਵ
ਪਦਾਰਥਾਂ ਰੂਪ ਜਲ ਵਿੱਚ ਰਹਿ ਕੇ ਸਬਰ ਨਹੀਂ ਆਉਂਦਾ, ਸਾਰਾ ਕੁਛ ਕੋਲੇ ਆ, ਫਿਰ ਹੋਰ ਪਦਾਰਥਾਂ ਦੀ ਇੱਛਾ ਬਣਦੀ, ਹੋਰ ਬਣਦੀ ਹੈ, ਕਿਉਂਕਿ ਹਿਰਦੇ ਵਿੱਚ ਸੰਤੋਖ ਗੁਣ ਦੇ ਧਾਰਨ ਕਰਕੇ ਹੀ ਤ੍ਰਿਸ਼ਨਾ ਮਰਦੀ ਅੰਦਰੋਂ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਗਨ ਮਰੈ ਗੁਣ ਮਾਹੈ, ਵਸਤੂ ਵਿਚਾਰ ਰੂਪੀ ਗੁਣ ਦੇ ਧਾਰਨ ਕਰਕੇ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਅੱਗ ਮਰਦੀ ਹੈ, ਖੇਮਾ ਰੂਪ ਗੁਣ ਦੇ ਧਾਰਨ ਕਰਕੇ ਕ੍ਰੋਧ ਰੂਪ ਅੱਗ ਮਰਦੀ ਹੈ। ਇਹ ਸਾਰੇ ਵੱਖਰੇ ਵੱਖਰੇ ਨੇ, ਇਸ ਕਰਕੇ ਮੋਹ ਨੂੰ ਤਬਦੀਲ ਕਰਨਾ ਪ੍ਰੇਮ ਦੇ ਵਿੱਚ, ਔਰ ਇਹਦੇ ਨਾਲ ਹੰਕਾਰ ਨੂੰ ਸ਼ੁੱਧ ਕਰਨਾ। ਸ਼ੁੱਧ ਹੰਕਾਰ ਤਾਂ ਠੀਕ ਹੈ ਪਰ ਅਸ਼ੁੱਧ ਮਾੜਾ। ਸ਼ੁੱਧ ਹੰਕਾਰ ਕਿ ਮੈਂ ਕਲਗੀਆਂ ਵਾਲੇ ਦਾ ਪੁੱਤਰ ਹਾਂ, ਮਹਾਰਾਜ ਵੀ ਕਹਿੰਦੇ ਨੇ ਮੈਂ ਅਕਾਲ ਪੁਰਖ ਦਾ ਪੁੱਤਰ ਹਾਂ, ਮੈਨੂੰ ਮਾਣ ਹੈ। ਇੱਕ ਹੁੰਦਾ ਆਪਣੇ ਹੀ ਆਪ 'ਤੇ ਹੰਕਾਰ ਹੋ ਜਾਣਾ, ਮੈਂ ਹੀ ਸਭ ਕੁਛ, ਉੱਥੇ ਜੀਵ ਮਾਰ ਖਾ ਜਾਂਦਾ। ਮਨ ਰੇ ਇਹ ਨਿਸ ਹਰ ਗੁਣ ਸਾਰ, ਮਹਾਰਾਜ ਕਹਿੰਦੇ ਦਿਨ ਰਾਤ ਲਗਾਤਾਰ ਇੱਕ ਰਸ ਪਰਮਾਤਮਾ ਦੇ ਗੁਣਾਂ ਨੂੰ ਹੌਲੀ ਹੌਲੀ ਬੋਲੀ ਜਾ, ਯਾਦ ਕਰ, ਮੂਲ ਮੰਤਰ ਪੜ੍ਹੀ ਜਾ, ਇਹ ਸਭ ਉਹਦੇ ਗੁਣ ਹੀ ਨੇ। ਸੋ ਹੌਲੀ ਹੌਲੀ ਦੇ ਮੂਲ ਮੰਤਰ ਨੂੰ ਪੜ੍ਹਨਾ, ਗੋਬਿੰਦੇ ਮਕੰਦੇ ਦਾ ਜਾਪ ਕਰਨਾ, ਫਿਰ ਜਾਪ ਸਾਹਿਬ ਦਾ ਪਾਠ ਕਰਨਾ, ਕਦੇ ਗੁਰਬਾਣੀ ਦੇ ਰਾਹੀਂ ਪਾਠ ਕਰਕੇ ਗੁਣਾਂ ਨੂੰ ਗਾਇਨ ਕਰਨਾ, ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਦੇ ਜਾਓ। ਜਿਨ ਖੇਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਓ, ਜਿਨ੍ਹਾਂ ਨੂੰ ਇੱਕ ਛਿਣ ਮਾਤਰ ਵੀ ਨਾਮ ਨਹੀਂ ਵਿਸਰਦਾ, ਜਪਦੇ ਹੀ ਰਹਿੰਦੇ ਨੇ, ਉਹ ਬੰਦੇ ਸੰਸਾਰ 'ਚ ਵਿਰਲੇ ਵਿਰਲੇ। ਜਗ ਮੈਂ ਉੱਤਮ ਕਾਢੀਆ ਵਿਰਲੇ ਕਹੀ ਕੇ, ਕੋਟਨ ਮੈਂ ਨਾਨਕ ਕਹੂ, ਕਰੋੜਾਂ ਵਿੱਚੋਂ ਵਿਰਲਾ ਹੈ ਜਿਹਦੇ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੈ। ਮਹਾਰਾਜ ਕਹਿੰਦੇ ਨਾਮ ਦਾ ਅਭਿਆਸ ਕਰਦੇ ਕਰਦੇ ਲੋਕ ਪੁੱਛਦੇ ਕੋਈ ਜੁਗਤੀ ਦੱਸੋ, ਜੁਗਤੀ ਸਤਿਗੁਰੂ ਆਪ ਹੀ ਦੱਸਦੇ ਨੇ। ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਯੋਗ। ਹੁਣ ਜਿਨ੍ਹਾਂ ਨੇ ਜੋਤੀ ਸਰੂਪ ਪਰਮਾਤਮਾ ਦੀ ਜੋਤ ਨਾਲ ਆਪਣੀ ਜੋਤ ਮਿਲਾਈ ਹੈ ਮਿਹਨਤ ਕਰਕੇ, ਇਹੋ ਜਿਹੜੇ ਸੁਰਤੀ ਤੋਂ ਭਾਵ ਸੁਰਤੀ ਲਾਉਣ ਵਾਲੇ ਗੁਰੂ ਸਾਹਿਬ ਨੇ, ਜਦ ਉਹਨਾਂ ਦੀ ਸੁਰਤ ਭਾਵ ਸ੍ਰੇਸ਼ਟ ਪ੍ਰੀਤੀ ਨਾਲ ਸੰਯੋਗ ਹੋਇਆ ਤਾਂ ਸੁਰਤੀਆਂ ਕਰਕੇ ਪ੍ਰਤਿਪਾਦਕ ਜਿਹੜਾ ਬ੍ਰਹਮ ਹੈ ਉਹਦੀ ਸੁਰਤ ਨਾਲ ਸੰਯੋਗ ਹੋਇਆ, ਤਾਂ ਫਿਰ ਜੋਤੀ ਪਰਮਾਤਮਾ ਵਾਲੇ ਇਹਦੀ ਜੋਤ ਮਿਲ ਗਈ। ਭਾਵ ਸੁਰਤੀ ਸੁਰਤ ਸੰਯੋਗ, ਇਸ ਕਰਕੇ ਜਦੋਂ ਸੰਯੋਗ ਬਣਦਾ ਹੈ ਸ਼ਬਦ ਵਿੱਚ ਸੁਰਤੀ ਜੁੜਦੀ ਹੈ। ਸ੍ਰੇਸ਼ਟ ਪ੍ਰੀਤੀ ਨਾਲ ਸੰਯੋਗ ਹੋਇਆ ਜਦੋਂ ਸਾਡਾ, ਉਦੋਂ ਜਦੋਂ ਸਾਡੀ ਬਿਰਤੀ ਬਾਹਰੋਂ ਰੁਕਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਝੋਂ ਕਿਆ ਕਰੇ ਵਿਚਾਰੀਆ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ। ਹੁਣ ਜਿਨ੍ਹਾਂ ਦੀ ਸੁਰਤੀ ਰਲ ਗਈ ਪਰਮਾਤਮਾ ਦੇ ਵਿੱਚ, ਹਿੰਸਾ ਹੋਮੈ ਗਤ ਗਏ ਨਾਹੀ ਸਹਿਸਾ ਸੋਗ। ਹੁਣ ਜਿਹਦੇ ਮਨ 'ਚੋਂ ਜੀਵ ਹਿੰਸਾ ਹੰਗਤਾ ਮਮਤਾ ਇਹ ਸਾਰੀਆਂ ਚੀਜ਼ਾਂ ਗਤ ਗਏ ਦਾ ਮਤਲਬ ਹੁੰਦਾ ਨਾਸ ਹੋ ਗਏ। ਗਤ ਦੇ ਤੱਤੇ ਨੂੰ ਔਂਕੜ ਹੈ, ਜਿੱਥੇ ਵੀ ਆ ਗਿਆ ਔਂਕੜ ਬਿਨਾਂ ਸਮਝੇ ਯਾਦ ਕਰ ਲਓ ਵੀ ਇਹ ਨਾਸ ਦਾ ਹੀ ਅਰਥ ਹੈ। ਚਾਹੇ ਹਰ ਸਿਮਰਨ ਪਿਆ ਤਾਂ ਇਹ ਉਪਾਧ ਗਤ ਕਿੰਨੀ, ਉੱਥੇ ਵੀ ਤੱਤੇ ਨੂੰ ਔਂਕੜ ਆਵੇਗਾ, ਗਤ ਦਾ ਅਰਥ ਹੀ ਨਾਸ। ਤੱਤੇ ਸਿਹਾਰੀ ਆ ਜੇ ਤਾਂ ਫਿਰ ਬਣਦੀ ਹੈ ਮਿੱਤ ਮਰਿਆਦਾ, ਗਤ ਮਿੱਤ। ਸੋ ਇਸ ਤਰ੍ਹਾਂ ਗਤ ਨਾਮ ਚਾਲ ਦਾ ਹੈ, ਗਤ ਨਾਮ ਮਰਿਆਦਾ ਦਾ ਹੈ, ਗਤ ਨਾਮ ਅਵਸਥਾ ਦਾ ਵੀ ਆਉਂਦਾ। ਇਸ ਤਰ੍ਹਾਂ ਤੱਤੇ ਨੂੰ ਔਂਕੜ ਨਾਲ ਨਾਸ ਦਾ ਅਰਥ ਬਣਦਾ। ਇੱਕ ਗੱਤ ਹੁੰਦੀ ਗੱਤ, ਗੱਗਾ ਅਤੇ ਤੱਤਾ ਹੀ ਸਿਰਫ ਜੋੜੀ ਦੀ ਗੱਤ,
ਇਉਂ ਅਰਥਾਂ ਦੇ ਵਿੱਚ ਤਬਦੀਲੀ ਹੁੰਦੀ ਹੈ ਜਦੋਂ ਉਹਨਾਂ ਦੇ ਨਾਲ ਲੱਗੇ ਹੋਏ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਹੋਣ ਟਿੱਪੀ ਹੋਵੇ ਸਰਬੰਗ ਗੰਤਾ ਸਰਬੰਗ ਹੰਤਾ ਜੇ ਗੰਤਾ ਲਿਖਿਆ ਤਾਂ ਗਮਤਾ ਹੋ ਗਈ ਇਸ ਤਰ੍ਹਾਂ ਆਪਾਂ ਨੂੰ ਖੁਦ ਵੀ ਅਰਥਾਂ ਦੀ ਪਹਿਚਾਣ ਹੋਣੀ ਜ਼ਰੂਰੀ ਹੈ ਸਤਿਗੁਰੂ ਕਹਿੰਦੇ ਹਿੰਸਾ ਹੋਮੈ ਗਤ ਗਏ ਨਾ ਹੀ ਸਹਿਸਾ ਸੋਗ ਉਹ ਬੰਦੇ ਨੂੰ ਕਦੇ ਸੰਸਾ ਅਤੇ ਫਿਕਰ ਹੁੰਦਾ ਹੀ ਨਹੀਂ ਫਿਰ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ ਜਿਸ ਗੁਰਮੁਖ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ ਉਹਨੂੰ ਵਾਹਿਗੁਰੂ ਗੁਰਾਂ ਦੇ ਸੰਯੋਗ ਦੁਆਰਾ ਆਪਣੇ ਨਾਲ ਮਿਲਾ ਲੈਂਦਾ ਹੁਣ ਨਿਰਗੁਣ ਬ੍ਰਹਮ ਤਾਂ ਦਿਖਦਾ ਹੀ ਨਹੀਂ ਹੈ ਕਿੱਥੇ ਬੰਦਾ ਕਰੇ ਵੀ ਕੀ ਨਿਰਗੁਣ ਨੇ ਜਦੋਂ ਦੁਨੀਆਂ ਦਾ ਉਧਾਰ ਕਰਨਾ ਸੀ ਤਾਂ ਸਰਗੁਣ ਰੂਪ ਧਾਰ ਲਿਆ ਜਿਹੜਾ ਦਿਖਦਾ ਹੁੰਦਾ ਗੁਰੂ ਨਾਨਕ ਰੂਪ ਹੋ ਕੇ ਆ ਗਏ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਸਾਰੇ ਸਰੂਪ ਸਾਹਮਣੇ ਨਜ਼ਰ ਆਉਣ ਕਰਕੇ ਹੀ ਮਨੁੱਖ ਨੂੰ ਕੁਛ ਤਸੱਲੀ ਹੁੰਦੀ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਨਿਰਗੁਣ ਬ੍ਰਹਮ ਨੇ ਸਰਗੁਣ ਰੂਪ 'ਚ ਗੁਰੂ ਰੂਪ ਹੋ ਕੇ ਦੁਨੀਆਂ ਦਾ ਸੁਧਾਰ ਕੀਤਾ ਗੁਰੂ ਦੇ ਰਾਹੀਂ ਇਨਸਾਨ ਦਾ ਸੁਧਾਰ ਹੁੰਦਾ ਉਦੋਂ ਫਿਰ ਜੀਵ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਕਾਇਆ ਦਾ ਅਰਥ ਸਰੀਰ ਵੀ ਹੈ ਬੁੱਧੀ ਵੀ ਹੈ ਇਹ ਜਿੱਥੇ ਪ੍ਰਕਰਨ ਹੋਵੇ ਉਹ ਜਿਹਾ ਅਰਥ ਲੱਗਣਾ ਇੱਥੇ ਕਹਿੰਦੇ ਨੇ ਜੇ ਜਿਹੜੀ ਬੁੱਧੀ ਹੈ ਬੁੱਧੀ ਰੂਪੀ ਕਾਮਣ ਮਤਲਬ ਇਸਤਰੀ ਨੂੰ ਨਿਸ਼ਕਾਮ ਕਰਮਾਂ ਦੁਆਰਾ ਸ਼ੁੱਧ ਕਰ ਲਿਆ ਜਾਵੇ ਬੁੱਧੀ ਨੂੰ ਕਾਮਣ ਤੋਂ ਭਾਵ ਸ਼ਰਧਾ ਵਿਸ਼ਿਸ਼ਟ ਕਰ ਲਿਆ ਜਾਵੇ ਸ਼ਰਧਾ ਦੇ ਸੰਯੁਕਤ ਤਾਂ ਇਹ ਭੋਗਣ ਹਾਰ ਹੋ ਕੇ ਵਾਹਿਗੁਰੂ ਦੇ ਆਨੰਦ ਨੂੰ ਭੋਗਦੀ ਹੈ ਆਨੰਦ ਮਾਣਦੀ ਹੈ ਬੁੱਧੀ ਨੂੰ ਕਰਨਾ ਹੈ ਸ਼ਰਧਾ ਸਹਿਤ ਬੁੱਧੀ ਨੂੰ ਕਰਨਾ ਨਿਸ਼ਕਾਮ ਕਰਮਾਂ ਕਰਕੇ ਸ਼ੁੱਧ ਕਿਉਂਕਿ ਸਕਾਮ ਕਰਮ ਕਰਨੇ ਕਰਕੇ ਬੁੱਧੀ ਸ਼ੁੱਧ ਨਹੀਂ ਹੁੰਦੀ ਸਕਾਮ ਹੁੰਦੀ ਸਹਿਤ ਕਾਮਨਾ ਦੇ ਕੋਈ ਕਰਮ ਕਰਨਾ ਜਦੋਂ ਕਾਮਨਾ ਨਾਲ ਕਰਮ ਕੀਤਾ ਇਹਦਾ ਮਤਲਬ ਬੁੱਧੀ ਦੇ ਅੰਦਰ ਹੈ ਇੱਛਾ ਕਾਲਖ ਹੈ ਜਦੋਂ ਬਿਲਕੁਲ ਕੋਰੇ ਕਾਗਜ਼ ਵਾਂਗੂ ਨਿਸ਼ਕਾਮ ਹੋ ਕੇ ਸੇਵਾ ਕੀਤੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਉਹ ਚੀਜ਼ ਸਭ ਤੋਂ ਵਧੀਆ ਹੈ ਕੋਰੇ ਕਾਗਜ਼ ਵਾਂਗੂ ਨਿਸ਼ਕਾਮ ਕਰਮ ਅਤੇ ਸਕਾਮ ਕਰਮਾਂ ਦੇ ਦਾਗ ਲੱਗ ਜਾਂਦੇ ਨੇ ਉਸ ਵਕਤ ਬੁੱਧੀ ਪਦਾਰਥਵਾਦੀ ਹੋ ਜਾਂਦੀ ਇਸ ਸਿਉਂ ਦੇਹੋ ਨਾ ਕੀ ਜਈ ਜੋ ਦੀਸੈ ਚੱਲਣ ਹਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਭਗਤੀ ਦੇ ਰਸਤੇ 'ਤੇ ਚੱਲਣਾ ਤਾਂ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖੋ ਕਿ ਉਸ ਚੀਜ਼ ਨਾਲ ਹੁਣ ਜਾਂ ਜਗਤ ਦੇ ਨਾਲ ਇਹਦੇ ਪਦਾਰਥਾਂ ਨਾਲ ਪ੍ਰੇਮ ਤਾਂ ਨਹੀਂ ਕਰ ਰਹੇ ਕਿਤੇ ਤੁਸੀਂ ਇਹ ਚਲੇ ਜਾਣ ਵਾਲੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਨਜ਼ਰ ਆ ਰਹੀਆਂ ਨੇ ਨਾਸਵੰਤ ਨੇ ਪਤਾ ਹੈ ਕੱਚ ਦਾ ਗਲਾਸ ਹੀ ਟੁੱਟ ਜਾਣਾ ਹੈ ਕੱਪ ਨੇ ਟੁੱਟ ਜਾਣਾ ਹੈ ਹਰ ਚੀਜ਼ ਨੇ ਕੱਪੜਾ ਹੈ ਉਹਨੇ ਇੱਕ ਦਿਨ ਫਟ ਜਾਣਾ ਹੈ ਸਰੀਰਾਂ ਨੂੰ ਦੇਖ ਕੇ ਭਰੋਸਾ ਹੋ ਜਾਂਦਾ ਪਰ ਸਰੀਰ ਨੇ ਵੀ ਇੱਕ ਦਿਨ ਖਤਮ ਹੋ ਜਾਣਾ ਮਹਾਰਾਜ ਕਹਿੰਦੇ ਨੇ ਇੱਥੇ ਕਿਹੜੀ ਚੀਜ਼ ਹੈ ਜਿਹੜੀ ਨਹੀਂ ਖਤਮ ਹੋਣੀ ਇੱਥੋਂ ਤੱਕ ਵੀ ਇਹ ਧਰਤੀ ਤਾਰੇ ਚੰਦਰਮਾ ਦਾ ਵੀ ਅੰਤ ਹੈ ਤਾਂ ਤੇ ਜਿਹੜੀਆਂ ਚੀਜ਼ਾਂ ਦਿਸਣਹਾਰ ਨੇ ਅਤੇ ਚੱਲਣਹਾਰ ਨੇ ਜਿਹੜੀਆਂ ਵੀ ਦਿਸਦੀਆਂ ਜੋ ਦਿਸਦਾ ਹੈ ਉਹ ਸਭ ਚੱਲਣਹਾਰ ਹੈ ਜੋ ਨਹੀਂ ਦਿਖਦਾ ਉਹ ਹੈ ਪਰਮਾਤਮਾ ਅਵਿਨਾਸੀ ਜੀਵਨ ਕੋ ਦਾਤਾ ਹੈ ਉਹ ਇਉਂ ਨਿਸ਼ਚਾ ਕਰੇ ਮਨ ਦੇ ਅੰਦਰ ਕਿ ਜੋ ਦਿਖਦਾ ਇਹ ਇਹ ਨਹੀਂ ਰਹਿਣਾ ਇਹ ਬਦਲ ਜਾਣਾ ਜਾਂ ਇਹਨੇ ਖਤਮ ਹੀ ਹੋ ਜਾਣਾ ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਪ੍ਰੇਮ ਨਹੀਂ ਕਰਦੇ ਰੱਬ ਦੇ ਪਿਆਰੇ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਇਹ ਗੁਰਮੁਖ ਸੁਹਾਗਣਾ ਆਪਣੀ ਸ਼ਰਧਾ ਸਹਿਤ ਨਾ ਅੰਤਕਰਨ ਰੂਪ ਸੇਜਾ ਦੇ ਉੱਤੇ ਉਸ ਵਾਹਿਗੁਰੂ ਪਤੀ ਦੇ ਸਾਖਿਆਤਕਾਰ ਰੂਪ ਆਨੰਦ ਨੂੰ ਮਾਣਦੀਆਂ ਨੇ
ਸਾਖਿਆਤਕਾਰ ਮਤਲਬ ਪ੍ਰਗਟ ਹੋਣਾ। ਵਾਹਿਗੁਰੂ ਪਰਮਾਤਮਾ ਲਈ ਸੇਜਾ ਬਣਾਉਂਦੀਆਂ ਸੁਹਾਗਣੀਆਂ ਆਪਣੀ ਸ਼ਰਧਾ ਦੇ ਸਹਿਤ ਅੰਤਹਿਕਰਨ ਦੇ ਉੱਤੇ ਆਪਣੇ ਹਿਰਦੇ ਦੇ ਵਿੱਚ ਸੇਜਾ ਬਣਾਈ। ਵਾਹਿਗੁਰੂ ਦਾ ਪ੍ਰਗਟ ਹੋਣ ਰੂਪ ਆਨੰਦ ਨੂੰ ਉਹ ਮਾਣਦੀਆਂ ਨੇ। ਹਿਰਦੇ ਦੇ ਅੰਦਰ ਜਦੋਂ ਜੋਤ ਪ੍ਰਗਟ ਹੋਈ, ਉਹ ਜੋਤ ਜਦੋਂ ਵੱਡੀ ਜੋਤ ਵਿੱਚ ਮਿਲੀ, ਅਸਹਿ ਅਕਹਿ ਆਨੰਦ ਪ੍ਰਾਪਤ ਹੁੰਦਾ ਉਸ ਵਕਤ। ਅਸਹਿ ਤਾਂ ਕਿਹਾ, ਸਹਾਰਿਆ ਨਹੀਂ ਜਾਂਦਾ, ਉੱਥੇ ਅਜਰ ਅਵਸਥਾ ਦੀ ਲੋੜ ਪੈਂਦੀ ਬੰਦੇ ਨੂੰ। ਬਹੁਤ ਭਾਰੀ ਆਨੰਦ ਜੀਵ ਨੂੰ ਪ੍ਰਾਪਤ ਹੁੰਦਾ। ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ। ਚਾਰ ਅੱਗਾਂ ਨੇ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਹੰਸ ਦਾ ਮਤਲਬ ਹੈ ਜਿਵੇਂ ਹਿੰਸਾ ਆਦਿਕ ਕਰਨੀ, ਜਾਂ ਹੰਸ ਦਾ ਭਾਵ ਇਉਂ ਵੀ ਲਾਉਂਦੇ ਨੇ ਜਿਵੇਂ ਹੰਸ ਹੁੰਦਾ ਚਿੱਟਾ, ਹਮੇਸ਼ਾ ਸਤੋ ਗੁਣ ਵਾਲਿਆਂ ਨੂੰ ਹਉਮੈ ਹੋ ਜਾਂਦੀ ਹੈ, ਬਣ ਠਣ ਕੇ ਚਿੱਟੇ ਹੋ ਕੇ ਰਹਿਣਾ। ਹੇਤ ਹੁੰਦਾ ਮੋਹ ਕਰਨਾ, ਲੋਭ ਕਰਨਾ, ਅਤੇ ਕੋਪ ਹੁੰਦਾ ਗੁੱਸਾ ਕਰਨਾ, ਕ੍ਰੋਧ। ਇਹ ਚਾਰੇ ਅੱਗ ਦੀਆਂ ਨਦੀਆਂ ਨੇ ਸੰਸਾਰ ਦੇ ਅੰਦਰ। ਪਰ ਗੁਰਮੁਖ ਜਿਹੜੇ ਨੇ ਨਾ, ਵਾਹਿਗੁਰੂ 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 ਕਰਨ ਰੂਪ ਨਾਮ ਜਲ ਨੂੰ ਪਾ ਕੇ ਇਹ ਚਾਰੇ ਅੱਗਾਂ ਨੂੰ ਨਿਵਾਰ ਲੈਂਦੇ ਨੇ, ਬੁਝਾ ਕੇ ਆਪਣੇ ਅੰਦਰੋਂ ਜੀਵਤ ਭਾਵ ਜਿਹੜਾ ਬਣਿਆ ਕਿ ਮੈਂ ਜੀਵ ਹਾਂ ਮੈਂ ਜੀਵ ਹਾਂ, ਇਹਨੂੰ ਖਤਮ ਕਰ ਲੈਂਦੇ ਨੇ। ਮਰ ਤੋਂ ਭਾਵ ਜਿਵੇਂ ਤਹਿਕੀਕ ਕਹਿੰਦੇ, ਨਿਸ਼ਚੇ ਕਰਕੇ ਚਾਰੇ ਅਗਨੀਆਂ ਨਿਵਿਰਤ ਕਰ ਲਈਆਂ ਗੁਰਮੁਖਾਂ ਨੇ ਨਾਮ ਰੂਪ ਜਲ ਪਾ ਕੇ। ਵੈਸੇ ਤਾਂ ਇੰਨੀ ਲੋੜ ਨਹੀਂ ਹੁੰਦੀ, ਸਮਝਾਉਣ ਦੀ ਲੋੜ ਨਹੀਂ, ਪਰ ਕਿਉਂਕਿ ਮਨੁੱਖ ਹੈ, ਉੱਤਮ ਜਗਿਆਸੂ ਨੂੰ ਤਾਂ ਕੁਛ ਕਹਿਣ ਦੀ ਲੋੜ ਨਹੀਂ। ਹੁਣ ਤਾਂ ਸਿਰਫ ਇੰਨਾ ਕਹਿਣਾ ਪੈਂਦਾ, ਉੱਥੇ ਬਹਿ ਕੇ ਤਾਂ 8 ਘੰਟੇ ਵਾਹਿਗੁਰੂ ਵਾਹਿਗੁਰੂ ਕਰ, ਉਹਨੇ ਕੁਐਸਚਨ ਨਹੀਂ ਕਰਨਾ ਕਿਉਂ ਕਰ ਕਿਵੇਂ ਕਰ। ਉਹਦਾ ਤਾਂ ਬਿਲਕੁਲ ਆਣ ਦੇਖਿਆ ਆਣ ਦੱਸੀ ਸਭ ਕੁਛ ਅੰਦਰੋਂ ਠੀਕ ਹੋ ਜਾਂਦਾ ਹੁਣ। ਪਰ ਸਤਿਗੁਰੂ ਕਹਿੰਦੇ ਦੁਨੀਆਂ ਹੈ, ਇਹਦੇ ਅੰਦਰ ਸਤੋ ਗੁਣੀ, ਰਜੋ ਗੁਣੀ, ਤਮੋ ਗੁਣੀ ਪੁਰਸ਼, ਹੋਰ ਕਈ ਤਰ੍ਹਾਂ ਦੇ ਬੰਦੇ ਨੇ ਰੱਬ ਨੇ ਹੀ ਬਣਾਏ ਨੇ, ਜਿਨ੍ਹਾਂ ਦੇ ਸ਼ੰਕੇ ਹੀ ਨਹੀਂ ਮੁੱਕਦੇ ਹੈ। ਉਹ ਸਾਰਾ ਦਿਨ ਸ਼ੰਕਿਆਂ 'ਚ ਹੀ ਵਿਚਾਰੇ ਲੰਘ ਜਾਂਦੇ ਨੇ, ਵਹਿਮੀ ਭਰਮੀ ਜੇ ਹੋਏ ਰਹਿੰਦੇ ਨੇ। ਤਾਂ ਸਤਿਗੁਰੂ ਦੇ ਫਿਰ ਇਹਨੂੰ ਵਿਸਥਾਰ ਨਾਲ ਦੱਸਿਆ ਕਿ ਚਾਰੇ ਅਗਨੀਆਂ ਨੇ, ਇਹਨਾਂ ਦੀ ਨਿਵਿਰਤੀ ਨਾਮ ਨਾਲ ਹੁੰਦੀ ਹੈ। ਅੰਤਰ ਕਮਲ ਪ੍ਰਗਾਸਿਆ, ਅੰਮ੍ਰਿਤ ਭਰਿਆ ਅਗਾਏ। ਗੁਰਮੁਖਾਂ ਦੇ ਅੰਦਰੋਂ ਹੁਣ ਜਿਹੜਾ ਹਿਰਦਾ ਕਮਲ ਸੀ ਉਹ ਪ੍ਰਗਾਸ ਪਿਆ, ਖਿੜ ਪਿਆ। ਹੁਣ ਇਹ ਗੱਲ ਨੂੰ ਕਿਹੜਾ ਦੱਸੇ ਵੀ ਅੰਦਰ ਕਮਲ ਵੀ ਹੁੰਦਾ, ਪ੍ਰਚਾਰਕ ਤਾਂ ਨਹੀਂ ਦੱਸੂਗਾ ਤੁਹਾਨੂੰ, ਉਹ ਤਾਂ ਕਹਿੰਦੇ ਗੱਲਾਂ ਹੁੰਦੀਆਂ ਹੀ ਨਹੀਂ, ਇਹ ਤਾਂ ਜੋਗੀਆਂ ਦੀਆਂ ਗੱਲਾਂ ਨੇ, ਤਾਂ ਫਲਾਨੀਆਂ ਗੱਲਾਂ ਨੇ। ਜਦੋਂ ਆਪ ਨੂੰ ਕੁਛ ਨਾ ਆਉਂਦਾ ਹੋਵੇ ਫਿਰ ਉੱਠ ਕੇ ਭੱਜ ਲੈਂਦਾ, ਪਰ ਅੰਦਰ ਤਾਂ ਹਿਰਦਾ ਕਮਲ ਖਿੜਦਾ ਨਾ, ਪੁੱਠਾ ਹੋਇਆ ਹੋਇਆ ਇਸ ਵਕਤ ਹਿਰਦੇ ਦੇ ਵਿੱਚ ਹਿਰਦਾ ਕਮਲ। ਹੁਣ ਜਿੰਨਾ ਉੱਤੋਂ ਰਸ ਡਿੱਗਦਾ ਉਹ ਸਾਰਾ ਵਾਏ ਪਿੱਤ ਕਫ ਬਣਦਾ ਤੁਰਿਆ ਜਾ ਰਿਹਾ। ਜਦੋਂ ਬਹਿ ਕੇ ਅਭਿਆਸ ਕੀਤਾ ਬ੍ਰਹਮ ਅਗਨੀ ਦੇ ਨਾਲ, ਅੰਦਰ ਜਦੋਂ ਪੌਣ ਚੱਲੀ ਜਿਹਨੇ ਸਾਰੇ ਚੱਕਰਾਂ ਨੂੰ ਬੰਨਣਾ, ਉਹ ਅੰਦਰਲੇ ਕਮਲ ਨੂੰ ਸਿੱਧਾ ਕਰ ਦਿੰਦੀ। ਇਹਦੀਆਂ ਪੱਤੀਆਂ 16 ਪੰਖੜੀਆਂ ਖਿੜ ਜਾਂਦੀਆਂ ਨੇ ਔਰ ਚਿੱਟਾ ਕਮਲ ਦਲ ਸਾਹਮਣੇ ਆ ਜਾਂਦਾ। ਇਹਦੇ ਉੱਤੇ ਜਦੋਂ ਜਾ ਕੇ ਰਸ ਪੈਂਦਾ ਬੰਦੇ ਦੇ ਅੰਦਰ ਵਾਏ ਪਿੱਤ ਕਫ ਬਣਨੀਆਂ ਹੀ ਹਟ ਜਾਂਦੀਆਂ। ਇਸੇ ਕਰਕੇ ਉਹ ਬਿਮਾਰੀਆਂ ਤੋਂ ਮੁਕਤ ਹੋ ਜਾਣਾ, ਸਰਬ ਰੋਗ ਕਾ ਔਖਦ ਨਾਮ ਤਾਹੀਓ ਕਿਹਾ। ਅਭਿਆਸ ਕਰਨ ਵਾਲੇ ਵਾਹਿਗੁਰੂ ਵਾਹਿਗੁਰੂ ਸਾਰੀ ਦੁਨੀਆਂ ਰੋਜ਼ ਕਰੀ ਜਾਂਦੀ, ਮੂਲ ਮੰਤਰ ਕਰੀ ਜਾਂਦੀ ਹੈ, ਪਰ ਥੋੜ੍ਹੀ ਜਿਹੀ ਸੁਰਤ ਵੀ ਨਾਲ ਲਾਓ। ਸੁਰਤੀ ਦਾ ਸੰਯੋਗ ਕਰਨਾ ਸ਼ਬਦ ਨਾਲ, ਜਦੋਂ ਇਕੱਲਾ ਵਾਹਿਗੁਰੂ ਵਾਹਿਗੁਰੂ ਕਿਹਾ ਸੁਰਤੀ ਕਿਤੇ ਹੋਰ ਗਈ ਹੋਈ ਹੈ, ਫਿਰ ਉਹ ਉੱਥੇ ਕੀ ਖੜੀ ਗੱਡੀ ਰੇਸਾਂ ਦੇਣ ਵਾਲੀ ਗੱਲ ਹੈ, ਤੁਰਦੀ ਨਹੀਂ ਗੱਡੀ। ਸੁਰਤ ਲਾ ਕੇ ਨਾਮ ਦੇ ਨਾਲ ਸਿਮਰਨ ਕਰਨਾ, ਵਾਹਿਗੁਰੂ ਦੀ ਹੋਂਦ ਨੂੰ ਜਾਣਨਾ ਕਿ ਹੈ ਵੀ ਸੱਚ,
ਜਦੋਂ ਆਪਾਂ ਅੰਦਰ ਨੂੰ ਧਿਆਨ ਦੇ ਕੇ ਚੰਗਾ ਤਕੜਾ ਅਭਿਆਸ ਕਰਦੇ ਹਾਂ, ਬਾਣੀ ਪੜ੍ਹੀ ਜਾਂਦੇ ਹਾਂ, ਸੁਰਤ ਥੋੜ੍ਹੀ ਲਾ ਕੇ ਰੱਖਦੇ ਹਾਂ, ਤਾਂ ਇਹ ਸਾਰਾ ਕੁਛ ਅੰਦਰ ਹੀ ਨਜ਼ਰ ਆਉਂਦਾ ਅਭਿਆਸੀਆਂ ਨੂੰ, ਕਿੱਥੇ ਕਿਹਦਾ ਵਾਸਾ ਹੈ ਅਤੇ ਕਿਹੜੀ ਚੀਜ਼ ਕਿੱਥੇ ਹੈ। ਇਸ ਤਰ੍ਹਾਂ ਅਭਿਆਸ ਕਰਨ ਦੇ ਨਾਲ, ਇਹ ਯੋਗੀਆਂ ਦੀ ਗੱਲ ਨਹੀਂ ਹੈ, ਯੋਗੀਆਂ ਦੀ ਵੀ ਇਹੀ ਚੀਜ਼ ਹੁੰਦੀ, ਪਰ ਉਹਨਾਂ ਦਾ ਰਸਤਾ ਸਾਡੇ ਨਾਲੋਂ ਥੋੜ੍ਹਾ ਅਲੱਗ ਹੈ। ਰਸਤਾ ਸਾਰਿਆਂ ਦਾ ਇੱਕੋ ਹੀ ਹੁੰਦਾ, ਪਰ ਰਸਤੇ ਦੇ ਵਿੱਚ ਫਰਕ ਹੁੰਦਾ। ਫੇਰ ਵੀ ਐਸਾ ਇੱਕ ਰਸਤਾ ਹੈ ਕਿ ਇੱਥੋਂ ਬਾਏ ਕਾਰ ਜਾਣਾ, ਰਸਤਾ ਤਾਂ ਉਹੀ ਹੈ। ਉਹ ਕਾਰ ਦੇ ਨਾਲ ਤਾਂ ਆਪਾਂ ਬਹੁਤ ਸਮਾਂ 15-20 ਘੰਟੇ ਲੱਗ ਜਾਣੇ ਹੈ, 50-50 ਘੰਟੇ, 60-60 ਘੰਟੇ ਦਾ ਸਫ਼ਰ ਵੀ ਹੈ ਕਾਰ ਦਾ। ਇੱਕ ਜਹਾਜ਼ ਦੇ ਰਾਹੀਂ ਜਾਣਾ, ਉਹ ਵੀ ਉਸੇ ਰਸਤੇ ਹੀ ਜਾਂਦਾ ਉੱਪਰ, ਪਰ ਉਹ ਸਿੱਧਾ ਹੀ ਪਹਾੜੀਆਂ ਪਹੁੜੀਆਂ ਦੇ ਉੱਪਰ ਦੀ ਲੰਘ ਕੇ ਸਮੁੰਦਰ ਤੋਂ ਲੰਘ ਕੇ ਉੱਥੇ ਟਿਕਾਣੇ ਪਹੁੰਚ ਜਾਂਦਾ। ਉਹਨੂੰ 5-6 ਘੰਟੇ ਲੱਗੇ ਨੇ, ਕਾਰ ਨੂੰ 50 ਘੰਟੇ ਲੱਗ ਜਾਣੇ। ਯੋਗੀਆਂ ਦਾ ਮਾਰਗ ਹੈ ਕਾਰ ਵਾਲਾ, ਪੈਦਲ ਵਾਲਾ, ਕੀੜੀ ਵਾਲਾ। ਭਗਤੀ ਦੇ ਮਾਰਗ ਵਿੱਚ ਹੈ ਪੰਛੀ ਮਾਰਗ, ਜਹਾਜ਼ ਮਾਰਗ ਹੈ, ਪਹੁੰਚਦਾ ਉਸ ਤਰ੍ਹਾਂ ਹੀ ਆ। ਪਰ ਉੱਧਰ ਇਹ ਫਰਕ ਹੈ ਕਿ ਉੱਧਰ ਯੋਗਾਨੰਦ ਹੈ, ਇੱਧਰ ਬ੍ਰਹਮਾਨੰਦ ਹੈ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ, ਇਹ ਯੋਗੀਆਂ ਨੂੰ ਕਿਹਾ, ਆਪਾਂ ਨੂੰ ਨਹੀਂ। ਜਾਂਦੇ ਆਪਾਂ ਵੀ ਉੱਥੇ ਹੀ ਹਾਂ, ਆਪਾਂ ਨਾਮ ਸੰਯੁਕਤ ਹੋ ਕੇ ਜਾਂਦੇ ਹਾਂ। ਗੁਰੂ ਗੁਰੂ ਦਾ ਫਰਕ ਹੈ। ਸਾਡੇ ਗੁਰੂ ਨਾਨਕ ਦੇਵ ਜੀ ਸਤਿਗੁਰੂ ਨੇ ਵਾਹਿਗੁਰੂ ਮੰਤਰ ਦਾ ਅਭਿਆਸ, ਮੂਲ ਮੰਤਰ ਦਾ ਅਭਿਆਸ, ਜਿਹੜਾ ਮੇਨ ਚੀਜ਼ ਇੱਕ ਓਂਕਾਰ ਹੈ ਜੋ ਵਾਹਿਗੁਰੂ ਮੰਤਰ ਹੈ, ਇਹ ਸਿਰੇ ਲਾਉਂਦਾ ਆਪਾਂ ਨੂੰ। ਯੋਗੀਆਂ ਦਾ ਨਿਸ਼ਾਨਾ ਮੈਨੂੰ ਰਿੱਧੀ ਸਿੱਧੀ ਦੀ ਪ੍ਰਾਪਤੀ ਹੋਵੇ, ਮੈਨੂੰ ਸ਼ਕਤੀ ਮਿਲੇ। ਇਸ ਕਰਕੇ ਉਹਨਾਂ ਦੇ ਨਿਸ਼ਾਨੇ ਵਿੱਚ ਸਾਡੇ ਨਿਸ਼ਾਨੇ ਵਿੱਚ ਇਉਂ ਫਰਕ ਪੈ ਜਾਂਦਾ, ਆਪਾਂ ਪ੍ਰਭੂ ਦੀ ਪ੍ਰਾਪਤੀ ਚਾਹੁੰਦੇ ਹਾਂ। ਹਾਂ, ਜਿਹੜੇ ਯੋਗੀਆਂ ਨੇ ਪਰਮੇਸ਼ਰ ਦੀ ਪ੍ਰਾਪਤੀ ਲਈ ਇਹ ਅਭਿਆਸ ਕੀਤਾ, ਸਿੱਧ ਗੋਸ਼ਟ ਪੜ੍ਹੋ ਬਾਣੀ, ਮੰਗਲਨਾਥ ਬ੍ਰਹਮ ਗਿਆਨੀ ਹੋਇਆ, ਚਰਪਟਨਾਥ ਬ੍ਰਹਮ ਗਿਆਨੀ ਹੋਇਆ, ਘੁੱਗੂਨਾਥ, ਮਛਿੰਦਰਨਾਥ, ਗੋਰਖਨਾਥ, ਇਹ ਫਿਰ ਮਹਾਰਾਜ ਦੀ ਕਿਰਪਾ ਨਾਲ ਆਪਣੇ ਗੁਰੂ ਨਾਨਕ ਦੇਵ ਜੀ ਤੋਂ ਸਿੱਖਿਆ ਲੈ ਕੇ ਇਹਨਾਂ ਨੇ ਨਿਸ਼ਾਨਾ ਬਦਲ ਲਿਆ। ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਨੂੰ ਛੱਡ ਕੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਨਾ ਓ ਅੰਗ ਨਾਲ ਤਾਂ ਸਿਰਫ ਤਿੰਨੇ ਹੀ ਦਿਖਦੇ ਨੇ। ਹੁਣ ਬਹਿ ਕੇ ਉਦੋਂ ਗੱਲ ਕਰੀਏ ਅਭਿਆਸੀ ਕਿਸ ਨਾਲ ਜਿਹਨੂੰ ਇਹ ਅਵਸਥਾ ਹੁੰਦੀ ਹੈ, ਜਦੋਂ ਓਂਗ ਦਾ ਜਾਪ ਕਰੀਏ ਤਾਂ ਦਿਖਦੇ ਨੇ ਤਿੰਨ, ਬ੍ਰਹਮਾ ਵਿਸ਼ਨੂੰ ਮਹੇਸ਼, ਲਕਸ਼ਮੀ ਗਣੇਸ਼, ਫਿਰ ਇਹ ਨਜ਼ਰ ਆਉਂਦੇ। ਜੇ ਇੱਕ ਓਂਕਾਰ ਦਾ ਅਭਿਆਸ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਹੁੰਦੇ ਨੇ, ਇਹ ਅਭਿਆਸੀ ਦੱਸਦੇ ਰਹਿੰਦੇ ਨੇ ਐਸਾ ਸਾਨੂੰ। ਇਸ ਕਰਕੇ ਜਿਹੜਾ ਹੈ ਅਭਿਆਸ ਵਿੱਚ ਫਰਕ ਹੈ, ਨਿਸ਼ਾਨੇ ਵਿੱਚ ਫਰਕ ਹੈ, ਯੋਗੀਆਂ ਦਾ ਅਤੇ ਸਾਡਾ ਬਹੁਤ ਫਰਕ ਹੈ ਆਪਸ ਵਿੱਚ, ਪਰ ਰਸਤਾ ਸਾਡਾ ਇੱਕੋ ਹੀ। ਇਸ ਕਰਕੇ ਸਹੰਸਰ ਦਲ ਕਮਲ ਵੀ ਖੇਡਦਾ ਹੈ ਨਾਭੀ ਦੇ ਵਿੱਚ, ਸਾਰਾ ਕੁਛ ਹੈ ਪਰ ਉਹ ਅਭਿਆਸ ਨਾਲ ਦਿਖਦਾ। ਗਿੱਦੜ ਦਾਖ ਨਾ ਆਪਣਾ ਆਖੇ ਥੂਹ ਕੌੜੀ, ਫਿਰ ਉਹ ਲੋਕ ਇਉਂ ਕਹਿ ਕੇ ਛੱਡਦੇ, ਆਪਣਾ ਕੰਮ ਨਹੀਂ ਜੀ ਇਹ, ਆਰਾਮ ਨਾਲ ਸੌਵੋ, ਨਿਤਨੇਮ ਪੰਜ ਬਾਣੀਆਂ ਕਰੀਆਂ ਬਾ ਬਹੁਤ ਹੈ। ਪਰ ਨਾਲ ਅਭਿਆਸ ਵੀ ਤਾਂ ਦੱਸਿਆ, ਪੰਜਾਂ ਪਿਆਰਿਆਂ ਨੇ ਕਿਹਾ ਮੂਲ ਮੰਤਰ ਗੁਰਮੰਤਰ ਬੈਠਦੇ ਉੱਠਦੇ ਜਪਣਾ, ਸੁਰਤੀ ਲਾ ਕੇ ਜਪਣਾ, ਤਾਂ ਸਤਿਗੁਰੂ ਕਹਿੰਦੇ ਨੇ ਫਿਰ ਅੰਦਰੋਂ ਕਮਲ ਖਿੜ ਪਿਆ। ਗੁਰਮੁਖਾਂ ਦਾ ਅੰਤਹਿ ਕਰਮ ਜੋ ਬ੍ਰਹਮਾਨੰਦ ਰੂਪ ਅੰਮ੍ਰਿਤ ਨਾਲ ਭਰਿਆ ਹੋਇਆ ਸੀ, ਉਹ ਚੋਂ ਅੰਮ੍ਰਿਤ ਪੀ ਕੇ ਉਹ ਰੱਜ ਗਏ ਨੇ, ਅੰਦਰੋਂ ਫਿਰ ਅੰਮ੍ਰਿਤ ਪ੍ਰਗਟ ਹੁੰਦਾ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਫਿਰ ਇਕੱਲੇ ਇਕੱਲੇ ਤਾਂ ਆਪਾਂ ਦੱਸ ਨੂੰ ਰਹੇ, ਹੁਣ ਤਾਂ ਮੌਜ ਲੱਗੀ ਜਿੱਥੇ ਮਰਜ਼ੀ ਕੋਈ ਸੁਣੇ। ਬਹੁਤਿਆਂ ਦਾ ਹੁੰਦਾ ਕਿ ਬਾਣੀ ਪੜ੍ਹਦਿਆਂ ਮੂੰਹ ਮਿੱਠਾ ਹੋ ਗਿਆ, ਇਹ ਇੱਕ ਚੰਗੀ ਨਿਸ਼ਾਨੀ ਹੁੰਦੀ ਮੂੰਹ ਦਾ ਮਿੱਠਾ ਹੋ ਜਾਣਾ। ਜਦੋਂ ਮੂੰਹ ਵਿੱਚ ਮਿਠਾਸ ਆਉਣੀ ਸ਼ੁਰੂ ਹੋ ਜੇ, ਇਹ ਅੰਦਰਲਾ ਹੀ ਅੰਮ੍ਰਿਤ ਪ੍ਰਗਟ ਹੋ ਰਿਹਾ ਹੁਣ, ਉਦੋਂ ਮੁੱਖ ਵਿੱਚ ਮਿਠਾਸ ਹੋ ਕੇ ਹੀ ਅੱਗੇ ਅਵਸਥਾਵਾਂ ਬਣਨੀਆਂ ਸ਼ੁਰੂ ਹੁੰਦੀਆਂ ਹਨ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਕਰਨੀ ਹੋਵੇ, ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਏ,
ਔਰ ਮਹਾਰਾਜ ਫਰਮਾਉਂਦੇ ਨੇ ਭਾਈ ਤੂੰ ਸਤਿਗੁਰਾਂ ਨੂੰ ਆਪਣਾ ਮਿੱਤਰ ਬਣਾਉਣਾ ਕਰ ਫਿਰ ਜੇ ਇਹ ਅਵਸਥਾ ਲੈਣੀਆਂ ਨੇ ਜਿਨ੍ਹਾਂ ਦੀ ਕਿਰਪਾ ਨਾਲ ਤੂੰ ਪ੍ਰਲੋਕ ਦਰਗਾਹ ਵਿੱਚ ਜਾ ਕੇ ਸੱਚ ਸੁੱਖ ਨੂੰ ਪ੍ਰਾਪਤ ਕਰੇਂਗਾ ਅਸਲ ਸੁੱਖ ਜਿਹੜਾ ਨਾਮ ਦਾ ਨਾਨਕ ਸਤਿਗੁਰ ਮੀਤ ਕਰ ਇੱਥੇ ਸਤਿਗੁਰ ਦੇ ਤੱਤੇ ਨੂੰ ਸਿਹਾਰੀ ਨਹੀਂ ਹੈ ਇਹ ਕਈ ਜਗ੍ਹਾ ਆਇਆ ਹੈ ਸੱਚ ਉੱਥੇ ਪਾਤਸ਼ਾਹ ਦੇ ਬਹੁਤੇ ਸ਼ਬਦਾਂ ਵਿੱਚ ਸਤਿਗੁਰੂ ਦੇ ਤੱਤੇ ਨੂੰ ਸਿਹਾਰੀ ਨਹੀਂ ਆਉਂਦੀ ਇਹ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ